ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਅੱਜ ਆਪਾਂ ਤੁਹਾਡੇ ਲਈ ਲਾਇਸੈਂਸ ਦੇ ਰਿਗਾਰਡਿੰਗ ਥੋੜ੍ਹੀ ਜਿਹੀ ਲੇਨਸ ਦੀ ਇਨਫੋਰਮੇਸ਼ਨ ਲੈ ਕੇ ਆਏ ਹਾਂ, ਜਿਹਦੇ ਬਾਰੇ ਕਿ ਸਟੂਡੈਂਟਸ ਨੂੰ ਥੋੜ੍ਹੀ ਜਿਹੀ ਕਨਫਿਊਜ਼ਨ ਰਹਿੰਦੀ ਹੈਗੀ ਆ ਕਿ ਉਹ ਕਿੱਥੇ ਐਗਜ਼ਿਸਟ ਕਰਦੀਆਂ ਜਾਂ ਕਿੱਥੇ ਹੁੰਦੀਆਂ ਹੈਗੀਆਂ ਜਦੋਂ ਅਸੀਂ ਰੋਡ ਦੇ ਉੱਪਰ ਚੱਲਦੇ ਹਾਂ। ਤਾਂ ਜੀ ਇਹਦੇ ਵਿੱਚ ਆਪਾਂ ਅੱਜ ਡਿਸਕਸ ਕਰਾਂਗੇ ਦੋ ਲੇਨਸ। ਫਸਟ ਹੈਗੀ ਆ ਸਾਡੀ ਐਕਸੀਲਰੇਸ਼ਨ ਲੇਨ ਅਤੇ ਦੂਸਰੀ ਹੈ ਸਾਡੀ ਡੀਸੈਲਰੇਸ਼ਨ ਲੇਨ। ਠੀਕ ਹੈ, ਤਾਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਐਕਸੀਲਰੇਸ਼ਨ ਲੇਨ ਬਾਰੇ। ਔਰ ਇੱਕ ਵਾਰ ਤੁਸੀਂ ਹੈ ਨਾ ਇਸ ਨੂੰ ਧਿਆਨ ਨਾਲ ਸੁਣਨਾ ਹੈਗਾ, ਉਸ ਤੋਂ ਬਾਅਦ ਮੈਂ ਆਲਰੇਡੀ ਵੀਡੀਓਜ਼ ਵੀ ਬਣਾਈਆਂ ਹਾਂ ਸਪੈਸ਼ਲ ਰੋਡ ਦੇ ਉੱਪਰ ਜਾ ਕੇ, ਤਾਂ ਕਿ ਮੈਂ ਤੁਹਾਨੂੰ ਪ੍ਰੈਕਟੀਕਲੀ ਦਿਖਾ ਸਕਾਂ ਕਿ ਕਿੱਥੇ ਇਹ ਰੋਡ ਦੇ ਉੱਪਰ ਹੁੰਦੀਆਂ ਔਰ ਕਿੱਦਾਂ ਆਪਾਂ ਇਹਨਾਂ ਨੂੰ ਯੂਜ਼ ਕਰਨਾ ਹੈਗਾ। ਠੀਕ ਹੈ ਜੀ, ਤਾਂ ਫਸਟ ਹੈਗੀ ਸਾਡੇ ਕੋਲ ਹੈ ਨਾ ਐਕਸੀਲਰੇਸ਼ਨ ਲੇਨ। ਤਾਂ ਇਹ ਲੇਨ ਕੀ ਹੈਗੀ ਹੈ, ਜਿਹੜੀ ਸਾਡੇ ਹਾਈ ਸਪੀਡ ਰੋਡ ਦਾ, ਜਿਵੇਂ ਕਿ ਡਿਊਲ ਕੈਰਜ ਵੇ ਹੋ ਗਿਆ, ਉਸ ਤੋਂ ਬਾਅਦ ਹਾਈਵੇ ਜਿਹਦਾ ਕਿ ਦੂਸਰਾ ਨਾਮ ਮੋਟਰਵੇ ਜਾਂ ਫ੍ਰੀਵੇ ਵੀ ਹੈਗਾ, ਉਹਨਾਂ ਦੇ ਉੱਪਰ ਆਪਾਂ ਐਂਟਰ ਕਰਨ ਦੇ ਲਈ ਯੂਜ਼ ਕਰਦੇ ਹਾਂ। ਠੀਕ ਹੈ, ਮਤਲਬ ਕਿ ਆਪਾਂ ਉਹਨਾਂ ਦੇ ਉੱਪਰ ਸਟਾਰਟ ਕਰਨੀ ਆਪਣੀ ਜਰਨੀ, ਉਸ ਤੋਂ ਪਹਿਲਾਂ ਇਹ ਜਿਹੜੀ ਲੇਨ ਹੈ ਸਾਨੂੰ ਐਕਸੀਲਰੇਸ਼ਨ ਲੇਨ ਮਿਲਦੀ ਹੈਗੀ ਹੈ। ਠੀਕ ਹੈ, ਤਾਂ ਕੀ ਯੂਜ਼ ਹੈ ਇਹਦਾ। ਆਪਾਂ ਕਿਸੇ ਰੋਡ ਤੋਂ ਮਤਲਬ ਸਲੋ ਸਪੀਡ ਵਾਲੇ ਰੋਡ ਤੋਂ ਜਾ ਰਹੇ ਹਾਂ, ਫੋਰ ਐਗਜ਼ਾਮਪਲ ਹੋ ਗਿਆ ਅਰਬਨ ਰੋਡ ਹੋ ਗਿਆ ਅਤੇ ਜਾਂ ਕੋਈ ਵਿਲੇਜ ਦਾ ਰੋਡ ਹੋ ਗਿਆ, ਤਾਂ ਉੱਥੋਂ ਅਸੀਂ ਨਿਕਲ ਕੇ ਅਤੇ ਆਪਣਾ ਹੈ ਨਾ ਹਾਈ ਸਪੀਡ ਰੋਡ ਦੇ ਉੱਪਰ ਐਂਟਰ ਕਰਨਾ। ਤਾਂ ਇਸ ਲੇਨ ਦੇ ਵਿੱਚ ਜਿਹੜਾ ਕਿ ਆਪਾਂ ਐਂਟਰ ਕਰਕੇ ਆਪਣੀ ਸਪੀਡ ਬਣਾਉਂਦੇ ਹਾਂ ਅਕੋਰਡਿੰਗ ਟੂ ਸਪੀਡ ਆਫ ਦੀਸ ਹਾਈ, ਮਤਲਬ ਜਿਹੜੇ ਸਪੀਡ ਰੋਡਸ ਹੈਗੇ ਆ ਆਪਾਂ ਡਿਸਕਸ ਆਲਰੇਡੀ ਕਰ ਚੁੱਕੇ ਹਾਂ ਉਹਨਾਂ ਦੇ ਹਿਸਾਬ ਨਾਲ। ਤਾਂ ਫੋਰ ਐਗਜ਼ਾਮਪਲ ਤੁਸੀਂ 50 ਦੀ ਸਪੀਡ 'ਤੇ ਜਾ ਰਹੇ ਹੋ ਅਰਬਨ ਰੋਡ ਤੋਂ, ਠੀਕ ਹੈ, ਤਾਂ ਤੁਸੀਂ ਕੀ ਹੈਗਾ 120 ਦੀ ਸਪੀਡ ਦੇ ਰੋਡਸ ਹੈਗੇ ਜਿਹੜੇ ਆਪਾਂ ਗੱਲ ਕਰ ਰਹੇ ਹਾਂ, ਡਿਊਲ ਕੈਰਜ ਵੀ ਹੋ ਗਿਆ ਹਾਈਵੇ ਹੋ ਗਿਆ, ਤਾਂ ਤੁਸੀਂ ਉਹਨਾਂ ਦੇ ਅਕੋਰਡਿੰਗ ਆਪਣੀ ਸਪੀਡ ਬਣਾਉਣੀ ਹੈ, ਤਾਂ ਤੁਸੀਂ ਇਸ ਲੇਨ ਦੇ ਵਿੱਚ ਜਿਹੜੀ ਆਪਾਂ ਗੱਲ ਕਰ ਰਹੇ ਐਕਸੀਲਰੇਸ਼ਨ ਲੇਨ ਉਹਦੇ ਵਿੱਚ ਬਣਾਓਗੇ। ਤਾਂ ਇਹ ਯੂਜ਼ ਕੀਤੀ ਜਾਂਦੀ ਹੈ ਟੂ ਐਂਟਰ ਔਨ ਦੀਜ਼ ਹਾਈ ਸਪੀਡ ਰੋਡਸ। ਠੀਕ ਹੈ ਜੀ, ਉਸ ਤੋਂ ਬਾਅਦ ਆ ਜਾਂਦੀ ਹੈ ਸਾਡੇ ਕੋਲ ਦੂਸਰੀ ਲੇਨ ਹੈ ਜਿਹੜੀ ਡੀਸੈਲਰੇਸ਼ਨ ਲੇਨ। ਤਾਂ ਡੈਕਲਰੇਸ਼ਨ ਲੇਨ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ, ਤਾਂ ਡੀਸੈਲਰੇਸ਼ਨ ਲੇਨ ਵੀ। ਠੀਕ ਹੈ, ਤਾਂ ਇਹ ਜਿਹੜੀ ਲੇਨ ਹੈਗੀ ਆ ਆਪਾਂ ਜਾ ਰਹੇ ਹਾਂ ਅਗੇਨ ਹੈ ਨਾ ਡਿਊਲ ਕੈਰਜਵੇ ਜਾਂ ਹਾਈਵੇ ਦੇ ਉੱਪਰ, ਤਾਂ ਆਪਾਂ ਉਸ ਤੋਂ ਐਗਜ਼ਿਟ ਕਰਨਾ ਜਾਂ ਉਹਨੂੰ ਆਪਾਂ ਪੰਜਾਬੀ 'ਚ ਕਹੀਏ ਕਿ ਉਹਨੂੰ ਛੱਡਣਾ ਹੈਗਾ ਰੋਡ ਨੂੰ, ਹਾਈ ਸਪੀਡ ਰੋਡ ਨੂੰ, ਤਾਂ ਆਪਾਂ ਕਿਸੇ ਹੋਰ ਛੋਟੇ ਰੋਡ 'ਤੇ, ਜਿਵੇਂ ਉਹ ਅਰਬਨ ਰੋਡ ਵੀ ਹੋ ਸਕਦਾ ਔਰ ਕਨਵੈਨਸ਼ਨ ਰੋਡ ਵੀ ਹੋ ਸਕਦਾ ਜਾਂ ਕੋਈ ਹੈ ਨਾ ਛੋਟਾ ਰੋਡ ਹੋ ਸਕਦਾ, ਤਾਂ ਆਪਾਂ ਹੁਣ ਉਹਦੇ 'ਤੇ ਐਂਟਰ ਕਰਨਾ। ਤਾਂ ਜਦੋਂ ਆਪਾਂ ਹਾਈ ਸਪੀਡ ਰੋਡ ਨੂੰ ਛੱਡਦੇ ਹਾਂ ਤਾਂ ਸਾਨੂੰ ਫਿਰ ਇਹ ਲੇਨ ਮਿਲਦੀ ਹੈਗੀ ਆ ਉਹਨੂੰ ਛੱਡਣ ਤੋਂ ਪਹਿਲਾਂ। ਠੀਕ ਹੈ, ਤਾਂ ਇਸ ਜਿਹੜੀ ਹੈਗੀ ਆ ਲੇਨ ਦੇ ਵਿੱਚ ਅਸੀਂ ਆਪਣੀ ਸਪੀਡ ਜਿਹੜੀ ਕਿ ਆਪਾਂ ਰਫਰੀ ਰੱਖ ਲੈਂਦੇ ਹਾਂ ਕਿ 100 ਜਾਂ 120 ਹੋਏਗੀ, ਤਾਂ ਉਸ ਦੇ ਵਿੱਚੋਂ ਅਸੀਂ ਘਟਾਉਣੀ ਹੈਗੀ ਆ ਅਕੋਰਡਿੰਗ ਟੂ ਨੈਕਸਟ ਜਿਹੜਾ ਰੋਡ ਹੈ ਉਹਦੇ ਹਿਸਾਬ ਨਾਲ, ਹੈ ਨਾ। ਫੋਰ ਐਗਜ਼ਾਮਪਲ ਅਸੀਂ ਫਿਰ ਦੁਬਾਰਾ ਤੋਂ ਸਪੀਡ 50 'ਤੇ ਲੈ ਕੇ ਆਉਣੀ ਹੈ, ਤਾਂ ਉਹ ਜਿਹੜੀ ਸਪੀਡ ਹੈ ਅਸੀਂ ਇਸ ਲੇਨ ਦੇ ਵਿੱਚ ਐਂਟਰ ਕਰਕੇ ਘਟਾਵਾਂਗੇ। ਤਾਂ ਇਹਦੇ ਲਈ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਅਸੀਂ ਕਿੱਥੇ ਜਿਹੜੀ ਸਪੀਡ ਘਟਾਉਣੀ ਆ, ਜਿਹੜੀ ਆਪਣਾ ਅਸੀਂ ਆਲਰੇਡੀ ਹੀ ਯੂਜ਼ ਕਰ ਰਹੇ ਸੀ ਹਾਈਵੇ ਦੇ ਉੱਪਰ, ਤਾਂ ਉਹ ਜਦੋਂ ਅਸੀਂ ਇਹਦੇ ਵਿੱਚ ਐਂਟਰ ਕਰ ਗਏ, ਐਂਟਰ ਕਰਨ ਤੋਂ ਬਾਅਦ ਹੈ ਨਾ ਡੀਸੈਲਰੇਸ਼ਨ ਲੇਨ ਦੇ ਵਿੱਚ ਐਂਟਰ ਕਰਨ ਤੋਂ ਬਾਅਦ ਆਪਾਂ ਘਟਾਵਾਂਗੇ। ਠੀਕ ਹੈ, ਤਾਂ ਇਹ ਜਿਹੜੀ ਸੀਗੀ ਹੈ ਨਾ ਇਨਫੋਰਮੇਸ਼ਨ ਮੈਂ ਦਈ ਸੀ ਥੋੜ੍ਹੀ ਜਿਹੀ ਪਹਿਲਾਂ ਲੇਨਸ ਤੋਂ ਪਹਿਲਾਂ, ਅਤੇ ਹੁਣ ਆਪਾਂ ਨਾਲ ਦੀ ਨਾਲ ਹੀ ਹੈ ਨਾ ਵੀਡੀਓ ਦੇਖਦੇ ਹੈਗੇ ਹਾਂ ਜਿਹੜੀਆਂ ਕਿ ਮੈਂ ਆਲਰੇਡੀ ਇਹ ਰੋਡ ਦੀਆਂ ਬਣਾਈਆਂ ਹੋਈਆਂ। ਠੀਕ ਹੈ ਜੀ, ਤਾਂ ਅੱਜ ਆਪਾਂ ਦੇਖਦੇ ਹਾਂ ਵੀਡੀਓਜ਼। ਹਾਂਜੀ, ਤਾਂ ਜਿਵੇਂ ਆਪਾਂ ਡਿਸਕਸ ਕਰ ਰਹੇ ਸੀ ਹੈ ਨਾ ਪਹਿਲਾਂ ਕਿ ਆਪਾਂ ਤੁਹਾਨੂੰ ਅੱਜ ਪ੍ਰੈਕਟੀਕਲੀ ਵੀ ਦਿਖਾਵਾਂਗੇ ਕਿ ਐਕਸੀਲਰੇਸ਼ਨ ਲੇਨ ਹੈ ਨਾ ਕਿਹੜੀ ਆਉਂਦੀ ਹੈ ਔਰ ਕਿੱਥੇ ਸਾਨੂੰ ਦੇਖਣ ਨੂੰ ਮਿਲਦੀ ਹੈ, ਤਾਂ ਉਸ ਤੋਂ ਬਾਅਦ ਡੀਸੈਲਰੇਸ਼ਨ ਲੇਨ। ਤਾਂ ਹੁਣ ਜਿੱਦਾਂ ਅਸੀਂ ਜਾ ਰਹੇ ਹੈਗੇ ਹਾਂ ਤਾਂ ਤੁਸੀਂ ਦੇਖੋਗੇ ਕਿ ਸਾਹਮਣੇ ਸਾਨੂੰ ਰਾਈਟ ਹੈਂਡ ਸਾਈਡ ਹੈ ਜਿਹੜਾ ਉਹ ਆਟੋ ਵੀ ਆ, ਮਤਲਬ ਕਿ ਡਿਊਲ ਕੈਜਵੇ ਦਾ ਜਿਹੜਾ ਸਾਈਨ ਦੇਖਣ ਨੂੰ ਮਿਲ ਰਿਹਾ ਹੈਗਾ। ਠੀਕ ਹੈ, ਤਾਂ ਹੁਣ ਕੀ ਹੈ ਇਸ ਜਗ੍ਹਾ ਤੋਂ ਐਗਜੈਕਟ ਜਿਹੜੀ ਸਾਡੀ ਐਕਸੀਲਰੇਸ਼ਨ ਲੇਨ ਜਿਹੜੀ ਹੈਗੀ ਹੈ ਐਕਸੀਲਰੇਸ਼ਨ ਲੇਨ ਆ ਉਹ ਸਟਾਰਟ ਹੋ ਗਈ ਹੈ। ਤਾਂ ਅਸੀਂ ਕੀ ਹੈ ਆਪਣੀ ਸਪੀਡ ਨੀਅਰਲੀ ਜੋ 50 ਸੀ ਪਹਿਲਾਂ ਉਸ ਤੋਂ ਚੱਲ ਕੇ ਨੀਅਰਲੀ ਅਸੀਂ 120 ਦੇ ਉੱਪਰ ਲੈ ਕੇ ਜਾਵਾਂਗੇ। ਤਾਂ ਇਹ ਦੇਖੋ ਐਂਡ ਹੋ ਰਿਹਾ ਐਕਸੀਲਰੇਸ਼ਨ ਲੇਨ ਦਾ ਔਰ ਅਸੀਂ ਇੱਥੇ ਜਿਹੜੀ ਹੈਗੀ ਆਪਣੀ ਗੱਡੀ ਨੂੰ ਆਟੋ ਵੀਆ ਦੇ ਉੱਪਰ ਐਂਟਰ ਕਰ ਦਿੱਤਾ ਹੈਗਾ। ਠੀਕ ਹੈ, ਤਾਂ ਤੁਸੀਂ ਦੇਖਿਆ ਹੋਊਗਾ ਬਿਲਕੁਲ ਹੀ ਥੋੜ੍ਹੇ ਜਿਹੇ ਟਾਈਮ ਦੇ ਵਿੱਚ ਹੈ ਨਾ ਤੁਹਾਨੂੰ ਆਪਣੀ ਗੱਡੀ ਜਿਹੜੀ ਹੈਗੀ ਆ 40-50 ਦੀ ਸਪੀਡ ਤੋਂ 100 ਜਾਂ 120 ਦੇ ਉੱਪਰ ਲੈ ਕੇ ਜਾਣੀ ਪੈਂਦੀ ਹੈ। ਤਾਂ ਇਹ ਜਿਹੜਾ ਹੈਗਾ ਵਾ ਬਹੁਤ ਇੰਪੋਰਟੈਂਟ ਵੀ ਹੈਗੀ ਐਕਸੀਲਰੇਸ਼ਨ ਲੇਨ ਕਿ ਜੇ ਤੁਸੀਂ ਡਰਾਈਵਿੰਗ ਕਰਦੇ ਹੋ ਤਾਂ ਤੁਹਾਨੂੰ ਮਤਲਬ ਕਹਿ ਲਓ ਕਿ ਜ਼ਿਆਦਾ ਐਕਸਪਰਟ ਹੋ ਜਾਣਾ ਚਾਹੀਦਾ ਇਸ ਲੇਨ ਦੇ ਵਿੱਚ ਚੱਲਣਾ ਅਤੇ ਉਸ ਤੋਂ ਬਾਅਦ ਇੰਨਾ ਹਾਈ ਜਿਹੜੇ ਸਪੀਡ ਰੋਡਸ ਹੈਗੇ ਉਹਨਾਂ ਦੇ ਉੱਪਰ ਚੜ੍ਹਨ ਦੇ ਵਿੱਚ। ਠੀਕ ਹੈ, ਤਾਂ ਹੁਣ ਫਿਲਹਾਲ ਦੀ ਘੜੀ ਆਪਾਂ ਜਿਵੇਂ ਜਾ ਰਹੇ ਹੈਗੇ ਹਾਂ ਆਲਰੇਡੀ ਹੀ ਡਿਊਲ ਕੈਰਿਜਵੇ ਦੇ ਉੱਪਰ
ਤਾਂ ਇਸ ਤੋਂ ਬਾਅਦ ਸਾਡਾ ਥੋੜ੍ਹੀ ਦੂਰੀ ਤੱਕ ਜਿਵੇਂ ਹੈਗਾ ਮੈਂ ਇੱਕ ਐਗਜ਼ਿਟ ਲਊਂਗਾ ਤਾਂ ਕਿ ਤੁਹਾਨੂੰ ਜਿਹੜੀ ਹੈਗੀ ਆ ਡੀਸੈਲਰੇਸ਼ਨ ਲੇਨ ਉਹਦੇ ਬਾਰੇ ਵੀ ਦਿਖਾਇਆ ਜਾ ਸਕੇ। ਤਾਂ ਹੁਣੇ ਜਿਵੇਂ ਆਪਾਂ ਮਤਲਬ ਥੋੜ੍ਹੀ ਦੂਰੀ ਦੇ ਵਿੱਚ ਦੇਖਾਂਗੇ ਡੀਸੈਲਰੇਸ਼ਨ ਲੇਨ ਆ ਰਹੀ ਹੈਗੀ ਹੈ ਔਰ ਸਾਡੇ ਕੋਲ ਮਤਲਬ ਡਾਇਰੈਕਸ਼ਨ ਚੇਂਜ ਕਰਨ ਦਾ ਵੀ ਸਾਈਨ ਆ ਰਿਹਾ ਸੱਜੇ ਹੱਥ ਉਹ ਵੀ ਦੇਖ ਸਕਦੇ ਹਾਂ ਔਰ 500 ਮੀਟਰ 'ਤੇ ਆ ਜਿਹੜਾ ਸਾਨੂੰ ਦੇਖਣ ਨੂੰ ਮਿਲ ਰਿਹਾ ਕਿ ਇੱਕ ਸਾਨੂੰ ਜਿਹੜਾ ਹੈਗਾ ਐਗਜ਼ਿਟ ਮਿਲ ਰਿਹਾ ਤਾਂ ਉਹ ਐਗਜ਼ਿਟ ਹੈ ਜਿਹੜਾ ਐਗਜ਼ਿਟ ਤੋਂ ਪਹਿਲਾਂ ਜਿਹੜੀ ਸਾਨੂੰ ਹੈਗੀ ਆ ਡੀਸੈਲਰੇਸ਼ਨ ਲੇਨ ਮਿਲੇਗੀ। ਤਾਂ ਵੈਸੇ ਸਾਨੂੰ ਟਰੱਕ ਕਰਕੇ ਪਹਿਲਾਂ ਹੀ ਜਿਹੜਾ ਹੈਗਾ ਵਾ ਸਪੀਡ ਥੋੜ੍ਹੀ ਹੌਲੀ ਕਰਨੀ ਪਈ, ਨਹੀਂ ਤਾਂ ਸਾਨੂੰ ਅਸੀਂ ਨੋਰਮਲੀ ਕੀ ਹੈਗਾ ਜਦੋਂ ਅਸੀਂ ਹੁਣ ਡੀਸੈਲਰੇਸ਼ਨ ਸਾਡੀ ਲੇਨ ਸ਼ੁਰੂ ਹੋ ਚੁੱਕੀ ਹੈ ਇਹਦੇ ਵਿੱਚ ਜਾ ਕੇ ਅਸੀਂ ਆਪਣੀ ਸਪੀਡ ਨੂੰ ਘੱਟ ਕਰਨਾ ਹੈਗਾ ਔਰ ਐਡੀਕੁਏਟ ਜਾਂ ਪ੍ਰੋਪਰ ਸਪੀਡ ਬਣਾਉਣਾ ਹੈਗਾ ਵਾ ਅਗਲੇ ਰੋਡ ਦੇ ਹਿਸਾਬ ਨਾਲ। ਤੁਸੀਂ ਦੇਖ ਰਹੇ ਹੋ ਕਿ ਸੱਜੇ ਹੱਥ ਸਾਈਨ ਆ ਰਿਹਾ ਆਟੋ ਵੀ ਆ ਖਤਮ ਹੋ ਚੁੱਕਾ ਹੈ, ਠੀਕ ਹੈ, ਔਰ ਅੱਗੇ ਜਿਹੜਾ ਹੈਗਾ ਵਾ ਸਾਡੇ ਕੋਲ ਜਿਹੜਾ ਇੱਕ ਵਿਲੇਜ ਹੈਗਾ ਵਾ ਉਹਦਾ ਸਾਈਨ ਸ਼ੋ ਹੋ ਰਿਹਾ। ਤਾਂ ਸਾਡੀ ਐਸੋਲੇਸ਼ਨ ਲੇਨ ਖਤਮ ਹੋ ਚੁੱਕੀ ਹੈ, ਹੁਣ ਅਸੀਂ ਹੁਣ ਜਿਹੜੇ ਵੀ ਕਿਸੇ ਨਵੇਂ ਰੋਡ ਦੇ ਉੱਪਰ ਹੈ ਨਾ ਪਵਾਂਗੇ। ਤਾਂ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਜਿਹਦੇ ਵਿੱਚ ਆਪਾਂ ਦੱਸਣਾ ਚਾਹੁੰਦੇ ਸੀ ਕਿ ਤੁਹਾਨੂੰ ਡੀਸੈਲਰੇਸ਼ਨ ਲੇਨ ਔਰ ਐਕਸੀਲਰੇਸ਼ਨ ਲੇਨ ਬਾਰੇ। ਤਾਂ ਮਿਲਦੇ ਹਾਂ ਜੀ ਹੋਰ ਕਿਸੇ ਇਨਫੋਰਮੇਸ਼ਨ ਨਾਲ ਜਲਦੀ ਕਿਸੇ ਵੀਡੀਓ ਦੇ ਵਿੱਚ। ਤਦ ਤੱਕ ਸਤਿ ਸ਼੍ਰੀ ਅਕਾਲ ਜੀ। ਜਿਵੇਂ ਹੈ ਨਾ ਤੁਸੀਂ ਹੁਣੇ ਹੀ ਵੀਡੀਓਜ਼ ਦੇਖ ਕੇ ਹਟੇ ਹੋ ਤਾਂ ਆਈ ਹੋਪ ਸੋ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਦੋਨੋਂ ਹੀ ਲੇਨਸ ਹੈ ਨਾ ਐਕਸੀਲਰੇਸ਼ਨ ਲੇਨ ਵੀ ਔਰ ਡੀਸੈਲਰੇਸ਼ਨ ਲੇਨ ਬਾਰੇ ਵੀ। ਅਗਰ ਫਿਰ ਵੀ ਤੁਹਾਡਾ ਕੋਈ ਕੁਐਸਚਨ ਹੈਗਾ ਤਾਂ ਤੁਸੀਂ ਮੈਨੂੰ ਦੁਬਾਰਾ ਤੋਂ ਹੈ ਨਾ ਫਿਰ ਕਮੈਂਟਸ ਵਿੱਚ ਲਿਖ ਸਕਦੇ ਹੈਗੇ ਹੋ ਔਰ ਅਸੀਂ ਸਪੈਸ਼ਲੀ ਜਿੱਦਾਂ ਇਸ ਨੂੰ ਥੋੜ੍ਹਾ ਸ਼ਹਿਰ ਤੋਂ ਬਾਹਰ ਜਾ ਕੇ ਜਾਂ ਕਹਿ ਲਓ ਕਿ ਅੱਜ ਟ੍ਰੈਫਿਕ ਘੱਟ ਸੀ ਸੰਡੇ ਵਾਲੇ ਦਿਨ ਤਾਂ ਬਣਾਇਆ ਤਾਂ ਕਿ ਅਸੀਂ ਲੇਨਸ ਨੂੰ ਸਪੈਸ਼ਲੀ ਰੋਡ ਦੇ ਉੱਪਰ ਦੇਖ ਸਕੀਏ ਹੈ ਨਾ ਔਰ ਸਾਇੰਸ ਨੂੰ ਈਜ਼ੀ ਦਿਖਾ ਸਕੀਏ। ਤਾਂ ਆਈ ਹੋਪ ਸੋ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਤਾਂ ਜ਼ਰੂਰ ਹੈ ਨਾ ਇਸ ਨੂੰ ਆਪਣੇ ਫੈਮਿਲੀ ਮੈਂਬਰਸ ਨਾਲ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਹੈਗਾ ਔਰ ਬਾਕੀ ਵੀਡੀਓਜ਼ ਨੂੰ ਵੀ ਜਿਹੜੀਆਂ ਆਪਾਂ ਆਲਰੇਡੀ ਯੂਟਿਊਬ ਦੇ ਉੱਪਰ ਪਾਈਆਂ ਹਨ। ਤਾਂ ਠੀਕ ਹੈ ਜੀ, ਹੈ ਨਾ, ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਦੇ ਲਈ।